26 जनवरी की परेड विच हिस्सा लैन लई गुरदासपुर तो एक बड़ा ही वड्डा ट्रैक्टर का काफिला दिल्ली लई होया रवाना। इस दौरान नौजवानों च पाया गया बहुत ज़्यादा जोश अते उन्हां दे नाल बजुर्गों ने भी दिता साथ। साडे रिपोर्टर जगजीत सिंह की गुरदासपुर तो विशेष रिपोर्ट, मस्का चस्का टाइम गुरदासपुर। ਮੇਰਾ ਨਾਮ ਇੰਦਰਪਾਲ ਸਿੰਘ ਹੈ ਜੀ, ਗੁਰਦਾਸਪੁਰ ਤੋਂ। ਭਾਈ ਜੀ, ਇਹ ਰੈਲੀ ਟਰੈਕਟਰ ਦਿੱਲੀ ਜਾ ਰਹੇ? ਬਿਲਕੁਲ ਜੀ, ਅੱਜ ਜਿਹੜੀ ਜਥੇਬੰਦੀਆਂ ਦੀ ਕਾਲ ਆ ਕਿ 26 ਤਰੀਕ ਨੂੰ ਅਸੀਂ ਕਿਸਾਨ ਟਰੈਕਟਰ ਪਰੇਡ ਕਰਾਂਗੇ ਦਿੱਲੀ ਦੇ ਵਿੱਚ, ਉਸੇ ਹੀ ਆਪਾਂ ਪਰੇਡ ਦਾ ਹਿੱਸਾ ਬਣਨ ਵਾਸਤੇ ਅੱਜ ਗੁਰਦਾਸਪੁਰ ਤੋਂ ਵੱਡਾ ਕਾਫਲਾ ਲੈ ਕੇ ਜਾ ਰਹੇ ਹਾਂ। ਇਸ ਤੋਂ ਪਹਿਲਾਂ ਵੀ ਲਗਾਤਾਰ ਯੂਥ ਨੇ ਬਹੁਤ ਵੱਡੇ ਜਥੇ ਲੈ ਕੇ ਇੱਥੋਂ ਗੁਰਦਾਸਪੁਰ ਤੋਂ ਗਏ ਹੋਏ ਨੇ, ਲਗਾਤਾਰ ਮੋਰਚੇ 'ਤੇ ਡਟੇ ਹੋਏ ਆ। ਔਰ ਅੱਜ ਵੀ ਅਸੀਂ ਇੱਕ ਵੱਡਾ ਕਾਫਲਾ ਵੱਖ ਵੱਖ ਪਿੰਡਾਂ ਤੋਂ ਟਰੈਕਟਰ ਟਰਾਲੀਆਂ, ਕੁਝ ਟਰੈਕਟਰ ਔਰ ਗੱਡੀਆਂ ਵੀ ਲੈ ਕੇ ਜਾ ਰਹੇ ਹਾਂ। ਔਰ ਜਿੰਨੀ ਦੇਰ ਤੱਕ ਇਹ ਸੰਘਰਸ਼ ਚੱਲਦਾ ਰਹੇਗਾ, ਉਨੀ ਦੇਰ ਤੱਕ ਇਸ ਸੰਘਰਸ਼ ਵਿੱਚ ਡਟੇ ਵੀ ਰਵਾਂਗੇ। ਔਰ ਜਿੰਨੀ ਦੇਰ ਕਾਨੂੰਨ ਰੱਦ ਨਹੀਂ ਹੁੰਦੇ, ਉਨੀ ਦੇਰ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਦੇ। ਸਰ, ਜਿਸ ਤਰ੍ਹਾਂ ਦਿੱਲੀ ਪੁਲਿਸ ਪਰਮਿਸ਼ਨ ਨਹੀਂ ਦੇ ਰਹੀ, ਅਤੇ ਕਿਸ ਤਰ੍ਹਾਂ ਰੈਲੀ ਕਰੂੰਗੇ ਜੀ? ਦੇਖੋ ਜੀ, ਪਰਮਿਸ਼ਨ ਤੋਂ ਪਹਿਲਾਂ ਜਿੱਦਣ ਅਸੀਂ ਵੀ ਪਹਿਲਾਂ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਸੀਗੇ, ਉੱਧਰ ਵੀ ਸਾਨੂੰ ਹਰਿਆਣਾ ਪ੍ਰਸ਼ਾਸਨ ਨੇ ਰੋਕਿਆ ਸੀਗਾ। ਔਰ ਹੁਣ ਵੀ ਜੇ ਦਿੱਲੀ ਪੁਲਿਸ ਰੋਕਦੀ ਆ ਤਾਂ ਇਹਦੇ ਵਿੱਚ ਉਹਨਾਂ ਦੀ ਗਲਤੀ ਹੋਏਗੀ ਸਰਕਾਰ ਦੀ, ਕਿਉਂਕਿ ਪਹਿਲਾਂ ਵੀ ਅਸੀਂ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਸੀਗੇ। ਸਰਕਾਰ ਦੀ ਹੀ ਉਹ ਗਲਤੀ ਆਪਾਂ ਕਹਿ ਸਕਦੇ ਹਾਂ ਬੜੀ ਵੱਡੀ, ਕਿ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਹੀ ਸੜਕਾਂ ਤੋਂ ਦੇਸ਼ ਦੀਆਂ ਤੋਂ ਜਾ ਰਹੇ ਹਾਂ, ਔਰ ਉੱਥੇ ਵੀ ਸਾਨੂੰ ਰੋਕਿਆ ਜਾ ਰਿਹਾ। ਅਤੇ ਜੇ ਹੁਣ ਵੀ ਦਿੱਲੀ ਪੁਲਿਸ ਰੋਕੇਗੀ, ਉੱਥੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਕੋਈ ਅਣਸੁਖਾਵੀ ਕੋਈ ਘਟਨਾ ਵਾਪਰ ਜਾਂਦੀ ਆ, ਉਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਔਰ ਕੇਂਦਰ ਸਰਕਾਰ ਹੀ ਹੋਏਗੀ। ਭਾਜੀ ਜੀਵਨਜੋਤ ਸਿੰਘ, ਕਿੱਥੇ ਜਾ ਰਹੇ ਤੁਸੀਂ? ਦਿੱਲੀ ਜਾ ਰਹੇ ਹਾਂ ਜੀ। ਜੋ ਇਹ ਕਾਲੇ ਕਾਨੂੰਨ ਸਰਕਾਰ ਨੇ ਲਗਾਏ ਨੇ ਆਪਣੇ 'ਤੇ, ਤਿੰਨੇ ਕਾਲੇ ਕਾਨੂੰਨ, ਇਹਨਾਂ ਨੂੰ ਰੱਦ ਕਰਵਾਉਣ ਵਾਸਤੇ ਜੋ 26 ਦੀ ਪਰੇਡ ਹੈ ਜੀ ਆਪਣੀ ਦਿੱਲੀ ਦੇ ਵਿੱਚ, ਉਹਦੇ ਵਿੱਚ ਹਿੱਸਾ ਲੈਣ ਜਾ ਰਹੇ ਹਾਂ ਜੀ। ਸਰ, ਜਿਸ ਤਰ੍ਹਾਂ ਸਰਕਾਰ ਕਹਿੰਦੀ ਵੀ ਦੋ ਸਾਲ ਲਈ ਡਿਲੇ ਕਰ ਦਿੰਦੇ ਆ ਕਾਨੂੰਨ ਨੂੰ, ਉਹਨੂੰ ਤੁਸੀਂ ਕਿੱਦਾਂ ਮੰਨਦੇ ਹੋ? ਸਰ, ਦੇਖੋ, ਜੇ 2 ਸਾਲਾਂ ਵਾਸਤੇ ਸਰਕਾਰ ਡਿਲੇ ਕਰ ਵੀ ਦਿੰਦੀ ਆ ਕਾਨੂੰਨਾਂ ਨੂੰ, ਅਤੇ ਉਹਨਾਂ ਦੇ ਜੋ ਵੀ ਜਥੇਬੰਦੀਆਂ ਦਾ ਸਾਡਾ ਅੱਗੋਂ ਕੌਲ ਆਏਗੀ, ਅਸੀਂ ਉਹਨਾਂ ਦੇ ਨਾਲ ਹੀ ਚੱਲਾਂਗੇ। ਬਾਕੀ ਇਸ ਨੂੰ ਅਸੀਂ ਕੋਈ ਜਾਇਜ਼ ਨਹੀਂ ਮੰਨਦੇ ਕਿ 2 ਸਾਲਾਂ ਵਾਸਤੇ ਕਾਨੂੰਨ ਜੋ ਰੱਦ ਕਰ ਦਿੱਤੇ ਜਾਣ, ਤਾਂ ਇਹਨਾਂ ਨੂੰ ਪਰਮਾਨੈਂਟਲੀ ਰੱਦ ਕਰਨਾ ਚਾਹੀਦਾ ਜੀ। ਸਰ, ਜਿਸ ਤਰ੍ਹਾਂ ਦਿੱਲੀ ਪੁਲਿਸ ਪਰਮਿਸ਼ਨ ਨਹੀਂ ਦੇ ਰਹੀ ਇਹਦੀ ਰੈਲੀ ਦੀ, ਕਿਸ ਤਰ੍ਹਾਂ ਕਰੋਗੇ? ਸਰ, ਦਿੱਲੀ ਪੁਲਿਸ ਨੇ ਜੇ ਪਰਮਿਸ਼ਨ ਨਹੀਂ ਵੀ ਦਿੱਤੀ ਤਾਂ ਪਹਿਲਾਂ ਹਰਿਆਣਾ ਪੁਲਿਸ ਨੇ ਵੀ ਪਰਮਿਸ਼ਨ ਨਹੀਂ ਸੀ ਦਿੱਤੀ, ਉਹਨਾਂ ਦੇ ਵੀ ਬੈਰੀਗੇਡ ਤੋੜੇ ਗਏ ਸੀ। ਪਰ ਇਸ ਵਾਰ ਸਾਡੀ ਕੌਲ ਹੈ, ਜੋ ਵੀ ਸਾਡੀਆਂ ਜਥੇਬੰਦੀਆਂ ਦੀ ਕੌਲ ਹੈ ਵੀ ਇਹਨੂੰ ਸ਼ਾਂਤੀਪੂਰਨ ਤਰੀਕੇ ਨਾਲ ਕਰਨਾ, ਸੋ ਪ੍ਰਸ਼ਾਸਨ ਸਾਡਾ ਸਾਥ ਦੇਗਾ ਇਹਦੇ ਵਿੱਚ। ਸਾਨੂੰ ਇਹੀ ਉਮੀਦ ਆ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇਗਾ।